मैं थोड़ा हर्जा तो हरेक मंडे 7 बजे तुसी तो मैं आपस में गल्ला करांगे साड़ी कम्यूनिटी दियाँ साड़े बच्चों दियाँ साड़े बाहर रहिंदे NRI दियाँ साड़े देश दियाँ तो जो अजकल दे इशू हैगे सानू अफेक्ट कर दे उन्हां दियाँ सो लेट्स टॉक विद हरजा। हाँ जी, इस तो पहला कि असी जायज़ धामी तो संतोख ढेसी नाल गल करिए गां पहला इन्हां दे एक होर वीडियो देखते हैं जो कि तुसी लास वेगस वाली दसते सीगे कि उहदे विच तुसी बहुत खर्चा किया ते बहुत तुसी उत्थे जाके शूट किया। ते एक चीज़ पर वीडियो देखने तो पहला असी गल करते हैं कि वीडियो बनाने छोड़ना अजकल काफ़ी कॉन्ट्रोवर्सियां होंगे हैं। हाँ, आम लोग कहें कि जी कि कुड़ियाँ आ गई वीडियो अद्धे कपड़े पाए होंगे अद्धे नहीं इन्हों नहीं लाना चाहिए या वीडियो सभ्योचार कि होंगे कि वीडियो चुनने में भी थोड़ा हाथ होंगे या बड़ा वो बड़ा से नहीं करते प्रोड्यूसर का ही होंगे अपना वैसे थोड़ा वाला होंगे। हाँ, ज़्यादा प्रोड्यूसर का काम होंगे। राइट, पर इन्ना असि ट्राई करते होंगे कि जो सीन जो माड़े होंगे नहीं इंक्लूड करने। हाँ, करके फिर भी अपने अपने कुल से ना असि। हाँ जी, हाँ जी, फैमिली आने हैं सारे। हाँ जी, हाँ जी, तो चलो ठीक है, थोड़ी वीडियो देख रहे हो ना, तो देख रहे थोड़ी आवाज सुन रहे कल्चर के। तो हाँ, देख लो कल्चर हूँ कि होती है, तो असि वीडियो वाल देख रहे हैं तो थोड़ू वीडियो सुन के तुम भी अपने जैस जी। ये तो थोड़ा वीडियो देख लिया तो जिते असी रोज़ मिले गाना बहुत चलिया जो तुसी पहला गाया तुसी किदां चुनदे हुंदे कि कैसेट विच किन्ने असी गीत पाउणे आ कि डांस वाले किन्ने पाउणे आ सैड वाले किन्ने पाउणे आ सैड गीत गा भी लैंदे तुसी जां कोई ਇੱਦਾਂ ਦੇ ਡਾਂਸ ਵਾਲੇ ਹੀ ਆ ਤੁਹਾਡੇ? ਸੈਡ ਗੀਤ ਮੈਨੂੰ ਬਹੁਤ ਪਸੰਦ ਹੈ ਜੀ। ਅੱਛਾ, ਬਹੁਤ ਜ਼ਿਆਦਾ ਪਸੰਦ। ਕੋਈ ਸੈਡ ਗੀਤ ਹੈਗਾ ਤੁਹਾਡੇ ਘਰ? ਹਾਂਜੀ, ਸੈਡ ਗੀਤ ਹੈਗਾ ਜੀ। ਸਾਨੂੰ ਥੋੜ੍ਹਾ ਰਲਾ ਵੀ ਦਿਓ। ਹਾਂ, ਰਲਾਓ, ਭੰਗੜੇ 'ਚ ਵੀ ਸੈਡ ਵੀ ਚਾਹੀਦਾ। ਹਾਂ, ਬਿਲਕੁਲ। ਆਪਣੇ ਨਿੱਕਾ ਬਲੋਕੀ ਵਾਲੇ ਨੇ ਲਿਖਿਆ। ਅੱਛਾ ਜੀ, ਪੰਜਾਬ ਤੋਂ। पछताऊंगी क्यों नैनों नी रबांदी है क्यों बीते नो पछताऊंगी ਦੇਖੋ ਸੈਡ ਸੌਂਗ ਵੀ ਗਾ ਲੈਂਦੇ ਤੁਸੀਂ। ਜਦੋਂ ਤੁਸੀਂ ਹੁਣ ਦੇਖੋ ਤੁਹਾਡੇ ਗਾਣੇ ਜਿਹੜੇ ਆ ਜ਼ਿਆਦਾ ਮੈਂ ਦੇਖ ਗੱਲਾਂ ਤੁਸੀਂ ਗਾਉਂਦੇ ਆ। ਹਾਂਜੀ, ਤੇ ਜਿੱਦਾਂ ਹੁਣ ਕਈ ਬੰਦੇ ਜਿੱਦਾਂ ਨਛੱਤਰ ਜੀ, ਹਾਂਜੀ, ਉਹ ਥੱਲੋਂ ਛਾਤੀ ਤੋਂ ਗਾਉਂਦੇ ਆ, ਤੇ ਨਿਰਮਲ ਜੀ ਨਾਲ ਵੀ ਗੱਲ ਅਸੀਂ ਕੀਤੀ ਸੀ ਕਿ ਗਲੋਂ ਤੋਂ ਛਾਤੀਓਂ ਗਾਉਣਾ ਕੀ ਫਰਕ ਆ। ਤੁਸੀਂ ਕੀ ਸੋਚਦੇ ਕਿ ਤੁਸੀਂ ਇਸ ਵੇਲੇ ਦੋਨੋਂ ਸਟਾਈਲ ਸਿੱਖ ਚੁੱਕੇ ਹੋ ਜਾਂ ਤੁਸੀਂ ਗਾਹਾਂ ਡਿਵੈਲਪ ਕਰਨੇ ਸਟਾਈਲ? ਜੀ, ਤੁਹਾਡਾ ਸਟਾਈਲ ਆਪਣਾ ਅਨੋਖਾ ਹੀ ਆ। ਮੈਂ ਆਪਣਾ ਸਟਾਈਲ ਮੈਂ ਵੱਖਰਾ ਰੱਖਿਆ ਜੀ, ਮੈਂ ਪਰ ਮੈਂ ਡਿਵੈਲਪ ਕਰ ਰਿਹਾ ਵਾਂ, ਅਜੇ ਮੈਂ ਸਿੱਖ ਰਿਹਾ ਜੀ। ਮੈਂ ਸਿੱਖ ਨਹੀਂ ਸਕਦੇ ਇਹ ਚੀਜ਼, ਜਿਹੜੀ ਹੁੰਦੀ ਸਿੱਖ ਨਹੀਂ ਸਕਦੇ, ਹੌਲੀ ਹੌਲੀ ਆਉਂਦੀ ਹੁੰਦੀ ਹੈ। ਬਾਕੀ ਕਿ ਕਹਿੰਦੇ ਨੇ, ਜਿਹੜਾ ਸੰਗੀਤ ਹੈ ਸਮੁੰਦਰ ਆ, ਜਿੰਨਾ ਮਰਜ਼ੀ ਸਿੱਖੀ ਜਾਓ ਇਹ ਕਦੀ ਖਤਮ ਨਹੀਂ ਕਦੀ ਹੁੰਦਾ। ਅਜੇ ਮੈਂ ਸਿੱਖੀ ਜਾਂਦਾ ਜੀ, ਮੈਂ ਅਜੇ ਵੈਸੇ ਟਰਾਈ ਕਰਦਾ, ਬੈਸਟ ਟਰਾਈ ਕਰਦਾ। ਤੇ ਹੁਣ ਕਈ ਗਾਣੇ ਅਸੀਂ ਜਿੱਦਾਂ ਸੁਣੀ ਦੇ ਆ, ਕਈ ਆਪਣੇ ਆਪਣੇ ਸਟਾਈਲ ਹੁੰਦੇ ਆ, ਤੇ ਸਾਡੇ ਪੰਜਾਬੀ ਜ਼ਿਆਦਾ ਪਸੰਦ ਕਰਦੇ ਆ ਜੀ ਹੇਕਾਂ ਵਾਲੇ ਗਾਣੇ, ਖੁੱਲ ਕੇ ਜਾਂ ਛਾਤੀ ਵਾਲੇ ਗਾਏ ਗਾਣੇ, ਕੁਲਦੀਪ ਮਾਨਕ ਸਟਾਈਲ, ਜੈਜ਼ੀ ਬੀ ਸਟਾਈਲ ਤੁਸੀਂ ਰੱਖ ਲਓ, ਪਰ ਸਾਡੇ ਪੰਜਾਬੀ ਨੂੰ ਕੋਈ ਭਰੋਸਾ ਨਹੀਂ ਕਿ ਜਿੱਥੇ ਉਹ ਜੈਜ਼ੀ ਬੀ ਅਤੇ ਕੁਲਦੀਪ ਮਾਨਕ ਨੂੰ ਪਸੰਦ ਕਰਦੇ ਆ, ਉੱਥੇ ਸੁਖਸਿੰਦਰ ਸ਼ਿੰਦਾ ਜੀ ਨੂੰ ਵੀ ਪਸੰਦ ਕਰਦੇ ਆ, ਸਰਦੂਲ ਜੀ ਨੂੰ ਵੀ ਪਸੰਦ ਕਰਦੇ ਆ, ਹੰਸ ਨੂੰ ਵੀ ਪਸੰਦ ਕਰਦੇ ਆ। ਤੁਸੀਂ ਤੁਹਾਡਾ ਮਨਪਸੰਦ ਫੇਵਰੇਟ ਆਰਟਿਸਟ, ਜੇ ਤੁਹਾਨੂੰ ਇੱਕ ਵਾਰੀ ਪੁੱਛੀਏ ਕਿ ਇੱਕ ਆਰਟਿਸਟ ਸਾਨੂੰ ਦੱਸੋ ਕਿ ਕਿਹੜਾ ਹੈ ਪੰਜਾਬੀ ਗਾਇਕ 'ਚ, ਉਹ ਕਿਹੜਾ? ਉਹ ਪੰਜਾਬੀ ਗਾਇਕ 'ਚ ਹੋਊਗਾ ਸਰਦੂਲ ਸਿਕੰਦਰ ਜੀ। ਸਰਦੂਲ ਸਿਕੰਦਰ ਜੀ,
ਬਿਲਕੁਲ ਬਣ ਕੇ ਦਿਨ ਗਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕਰੀਏ ਜ਼ਰਾ ਤੋਂ ਗਿਰ ਗਈ ਕਰੀਏ ਕੋਈ ਸ਼ੱਕ ਨਹੀਂ ਤੂੰ ਸੋਹਣੀਏ ਨਾ ਤੇਰਾ ਕੋਈ ਸਾਨੀ ਹੈ ਕਿਉਂ ਤਾਸ਼ੇ ਵਾਂਗ ਰਸ ਬਣਾ ਦੇ ਹੱਥਾਂ ਵਿੱਚ ਘੁੰਮਦੀ ਜਾਨੀ ਕੋਈ ਸ਼ੱਕ ਨਹੀਂ ਤੂੰ ਸੋਹਣੀਏ ਨਾ ਤੇਰਾ ਕੋਈ ਸਾਨੀ ਹੈ ਤਾਸ਼ ਵਾਂਗ ਰਸ ਬਣਾ ਦੇ ਹੱਥਾਂ ਵਿੱਚ ਘੁੰਮਦੀ ਜਾਨੀ ਹੈ ਤੇਰੇ ਮਹਿੰਦੀ ਵਾਲੇ ਹੱਥਾਂ ਵਿੱਚ ਗੋ ਮਹਿੰਦੀ ਵਾਲੇ ਹੱਥਾਂ ਵਿੱਚ ਜਿੰਦ ਮੇਰੀ ਕਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਆਪਣੇ ਗੀਤ ਤਾਂ ਸਾਰੇ ਗਾ ਲੈਂਦੇ ਆ ਆਹ ਦੇਖ ਲਓ ਕਿੰਨਾ ਵਧੀਆ ਮੈਂ ਕਰਦਾ ਸੁਣੇ ਭਾਜੀ ਵਿੱਚ ਜਿੱਦਾਂ ਉਹ ਨਜ਼ਰਾਂ ਗਿਰੀ ਪਤਾ ਨਹੀਂ ਕਿੱਦਾਂ ਉਹ ਤਾਂ ਵੱਖਰੀ ਗੱਲ ਕਿੱਦਾਂ ਮਾਜ ਡਿੱਗੀ ਪਰ ਜਿਹੜੀ ਬੋਲਾਂ 'ਚ ਨਹੀਂ ਗਰਾਤੀ ਆ ਮਾਲ ਕਰਦੀ ਆ ਇਹ ਤਾਂ ਪੂਰੇ ਰੂਹ ਨਾਲ ਜਦੋਂ ਬੰਦਾ ਗਾਉਂਦਾ ਹੈ ਤਾਂ ਫਿਰ ਪਤਾ ਲੱਗਦਾ ਜਸ ਇੱਕ ਗੱਲ ਅਸੀਂ ਤੁਹਾਨੂੰ ਸਾਰਿਆਂ ਨੂੰ ਦੇਖੀਦਾ ਸਟਾਰਸ ਆਉਂਦੇ ਆ ਤੁਸੀਂ ਗਾਉਂਦੇ ਆ ਤੁਹਾਡੀ ਲਾਈਫ ਦਾ ਸਾਨੂੰ ਪਤਾ ਲੱਗਦਾ ਕਿ ਤੁਸੀਂ ਸਟਰਗਲ ਕਿੰਨਾ ਕੀਤਾ ਤੁਸੀਂ ਇਹ ਦੱਸੋ ਕਿ ਹੁਣ ਤੁਹਾਡੀ ਕੈਸਟ ਨਿਕਲਣ ਤੋਂ ਬਾਅਦ ਤੁਹਾਡੇ ਗਾਣੇ ਨਿਕਲਣ ਤੋਂ ਬਾਅਦ ਤੁਹਾਡੀ ਜ਼ਿੰਦਗੀ 'ਤੇ ਕਿੰਨਾ ਅਸਰ ਪਿਆ ਕੀ ਹੁਣ ਜਦੋਂ ਤੂੰ ਟੈਸਕੋ ਜਾਂਦਾ ਤੈਨੂੰ ਜਨਤਾ ਪਛਾਣਦੀ ਹੈ ਤੇਰੇ ਮਗਰ ਕੁੜੀਆਂ ਦੀ ਲਾਈਨ ਲੱਗੀ ਹੋਈ ਹੁੰਦੀ ਹੈ ਪਹਿਲਾਂ ਤਾਂ ਟੇਲ ਵਾਲੀ ਕਹਿੰਦੀ ਹੋਣੀ ਆ ਇਹਦਾ ਰਾਸ਼ਨ ਹੈਗਾ ਮੁੱਕੇ ਤੂੰ ਟੂਕਰੀਆਂ ਹੋਰ ਨਾ ਉਹ 800 ਪਾਉਣ ਦਾ ਤੇਰਾ ਬਿੱਲ ਬਣਾ ਦੇ ਤੂੰ ਟੂ ਜੀ ਕਰਕੇ ਬਹੁਤ ਫਰਕ ਪਿਆ ਜੀ ਕੀ ਫਰਕ ਪਿਆ ਬੰਦਾ ਬਹੁਤ ਫਰਕ ਪਿਆ ਜੀ ਬਾਕੀ ਸ਼ੋਪਿੰਗ ਵਗੈਰਾ ਜਾਣਾ ਹੋਵੇ ਹਾਂ ਥੋੜਾ ਟੱਕ ਕੇ ਜਾਣਾ ਪੈਂਦਾ ਟੋਪੀ ਟੋਪੀ ਪਾ ਕੇ ਵਗੈਰਾ ਪਾ ਕੇ ਜਾਣਾ ਪੈਂਦਾ ਟਾਈਆਂ ਲਾ ਕੇ ਹਾਂਜੀ ਬਾਕੀ ਗਿੱਗਰ ਪ੍ਰੋਗਰਾਮ ਵਗੈਰਾ ਕਰੀਦੇ ਆ ਉੱਥੇ ਵੀ ਧਿਆਨ ਜਾਣਾ ਪੈਂਦਾ ਕਰਕੇ ਫਿਰ ਵੀ ਆਪਣੇ ਮਾਹੌਲ ਥੋੜਾ ਡਿਫਰੈਂਟ ਥੋੜਾ ਹੁੰਦਾ ਉੱਥੇ ਥੋੜਾ ਹੁੰਦਾ ਹਾਂ ਥੋੜਾ ਮਾਹੌਲ ਡਿਫਰੈਂਟ ਹੁੰਦਾ ਬਾਕੀ ਆਪਣੇ ਪਰਿਵਾਰ 'ਚ ਵੀ ਬਹੁਤ ਫਰਕ ਪਿਆ ਕਰਕੇ ਵੈਡਿੰਗਾਂ 'ਤੇ ਵਗੈਰਾ 'ਤੇ ਜਾਈਦਾ ਉੱਥੇ ਬੰਦੇ ਮਿਲਦੇ ਆ ਤੇ ਲੋਕੀ ਪਸੰਦ ਕਹਿੰਦੇ ਪਸੰਦ ਕੀਤਾ ਤੁਹਾਡੇ ਗੀਤ ਪਸੰਦ ਕੀਤਾ ਤੈਨੂੰ ਬੁਲਾਉਣੇ ਬਹੁਤ ਬੰਦੇ ਲੱਗ ਪਏ ਹੋਣੇ ਰਿਸ਼ਤੇਦਾਰੀਆਂ ਬਹੁਤ ਨਿਕਲੀਆਂ ਹੋਣੀਆਂ ਹਾਂਜੀ ਤੇ ਭਤੀਜੇ ਬਹੁਤ ਨਿਕਲੇ ਆ ਉਹ ਮੈਂ ਰਿਸ਼ਤੇਦਾਰੀ ਤੋਂ ਚੇਤਾ ਮੈਨੂੰ ਇੱਕ ਮੈਸੇਜ ਆਇਆ ਸੀ ਬ੍ਰੇਕ 'ਚ ਤੈਨੂੰ ਪੁੱਛੋ ਕਿ ਜੈਸ ਤੁਹਾਨੂੰ ਜੋ ਪੁੱਛੋ ਇਹਦੇ ਰਹਾਣਾ ਜੱਟਾਂ ਨਾਲ ਤੁਹਾਡੀ ਕੀ ਕਨੈਕਸ਼ਨ ਹੈ ਕਿਉਂ ਆਪਣੀ ਵੀ ਕਨੈਕਸ਼ਨ ਹੈ ਮੈਂ ਤੈਨੂੰ ਬਾਅਦ 'ਚ ਦੱਸਾਂਗਾ ਤੂੰ ਭਲਾ ਆਪਣੀ ਦੱਸ ਕੇ ਤੇਰੀ ਰਹਾਣਾ ਆਪਣਾ ਜੀ ਪਿੰਡ ਹੈਗਾ ਸੰਧਰ ਦਾ ਸੋਡੀਆ ਜੀ ਹਾਂ ਪਰ ਆਪਣੇ ਰਹਾਣਾ ਜੱਟਾਂ ਮੇਰੀ ਮੰਮੀ ਮੇਰੇ ਨਾਨਕੇ ਦਾ ਪਿੰਡ ਹੈ ਜੀ ਅੱਛਾ ਮੇਰੇ ਦਾ ਪਿੰਡ ਹੈ ਉੱਥੇ ਵੀ ਰਿਹਾ ਹਾਂਜੀ ਮੈਂ ਵੀ ਦੱਸਦਾ ਕਿ ਮੈਂ ਵਿਆਹ ਆ ਰਹਾਣਾ ਜੱਟਾਂ ਅੱਛਾ ਅੱਛਾ ਡੈਡੀ ਵੀ ਇੱਥੇ ਵਿਆਹੇ ਜੀ ਅੱਛਾ ਤਾਂ ਹੀ ਤਾਂ ਅਸੀਂ ਭਰਾ ਤੇ ਸਾਡੀ ਜੇ ਅਸੀਂ ਜਾਵਾਂਗੇ ਸਾਡੀ ਤਾਂ ਸੇਵਾ ਹੀ ਬਹੁਤ ਹੋਣੀ ਹੁਣ ਤਾਂ ਬਈ ਰਿਸ਼ਤੇਦਾਰੀ ਹੋ ਗਏ ਨਾ ਦੇਖ ਲਓ ਜੀ ਐਦਾਂ ਕਿ ਤੁਸੀਂ ਵੀ ਰਿਸ਼ਤੇਦਾਰੀ ਕਰ ਲਈ ਦੇਖ ਲਓ ਮੈਂ ਪਹਿਲਾਂ ਮੈਂ ਵੀ ਕੱਢੀ ਹੋਈ ਮੇਰੇ ਨਾਲ ਬਥੇਰੇ ਕੱਢੀ ਜਾਂਦੇ ਮੈਂ ਤਾਂ ਅਸੀਂ ਹੁਣ ਤੁਹਾਡੇ ਘਰ ਦੀ ਇਹਨਾਂ ਦਾ ਕੋਈ ਨਹੀਂ ਦਿੰਦੀ ਹੁਣ ਸਿਫਾਰਿਸ਼ਾਂ ਆਉਣੀਆਂ ਤੁਸੀਂ ਆਪਣੇ ਸਹੁਰਿਆਂ ਦੇ ਪਿੰਡ ਦਾ ਨਾ ਆਉਂਦਾ ਹੁਣ ਕਹਿੰਦੇ ਦੱਸ ਉਹਨੂੰ ਕਹੀ ਕੋਈ ਪ੍ਰੋਗਰਾਮ ਤੇ ਕਰ
ਜਦੋਂ ਤੁਸੀਂ ਤੁਹਾਡੀ ਪ੍ਰਾਈਵੇਸੀ ਆ ਗਈ ਤੁਸੀਂ ਤੁਹਾਡੀ ਯਾਨੀ ਆਮ ਤੌਰ ਤੇ ਹੁਣ ਤੁਸੀਂ ਪਹਿਲਾਂ ਜਦੋਂ ਤੁਸੀਂ ਜਾਂਦੇ ਸੀ ਫੁੱਟਬਾਲ ਖੇਲਣ ਜਾਂਦੇ ਆਪਣੇ ਯਾਰਾਂ ਦੋਸਤਾਂ ਨਾਲ ਹੁੰਦੇ ਆ ਕਿਆ ਤੁਹਾਨੂੰ ਬਹੁਤ ਫਰਕ ਪਿਆ ਲੋਟ ਆਫ ਇਹਦੇ ਵਿੱਚ ਬਹੁਤ ਫੀਮੇਲ ਅਟੈਂਸ਼ਨ ਹੁੰਦੀ ਆ ਕਿ ਤੁਹਾਨੂੰ ਪਤਾ ਕਿ ਲੜਕੀਆਂ ਬਹੁਤ ਅਟੈਂਸ਼ਨ ਦਿੰਦੀਆਂ ਆ ਕਲਾਕਾਰਾਂ ਨੂੰ ਉਹਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਸੰਭਾਲ ਕੇ ਰਹਿਣਾ ਪੈਂਦਾ ਹੈ ਕਿ ਚੀਜ਼ ਨੂੰ ਜੀ ਆਪਣੇ ਡੈਡੀ ਨੇ ਪਹਿਲਾਂ ਤਾਂ ਕਿ ਆਪਣੇ ਕੰਮ ਦੇ ਨਾਲ ਮਤਲਬ ਰੱਖਣਾ ਹਾਂ ਫਿਰ ਮੈਂ ਹੀ ਲੜ ਫੜਿਆ ਜੀ ਆਪਣਾ ਕੰਮ ਆਪਣੀ ਜਿਹੜੀ ਮਿਹਨਤ ਕਰਨੀ ਆਪਣਾ ਰਿਆਜ਼ ਕਰਨਾ ਆਪਣਾ ਕੰਮ ਉਹੀ ਅਸੀਂ ਇਹੀ ਕਰਨਾ ਕੰਮ ਜੀ ਖੌਰੂ ਨਹੀਂ ਪਟਣਾ ਵਾਲਾ ਦੇ ਅੱਛਾ ਓਕੇ ਅਸੀਂ ਪ੍ਰੋਗਰਾਮ ਲਾਈਦਾ ਅਸੀਂ ਪ੍ਰੋਗਰਾਮ ਲਾ ਕੇ ਅਸੀਂ ਜਿਹੜਾ ਮੋਰਲਾ ਦਰਵਾਜ਼ਾ ਹੋਏ ਦੇਖੀ ਪਿਛਲਾ ਜਿਹੜਾ ਦਰਵਾਜ਼ਾ ਆਉਂਦਾ ਜਾਣ ਦੇ ਵੈਨਿਊ ਦੇ ਲਈ ਉਹ ਦੇਖੀਦਾ ਬਸ ਮੋਰਲਾ ਦੇਖੀਦਾ ਹੀ ਨਹੀਂ ਅੰਦਰ ਜਾ ਕੇ ਆਪਣਾ ਪ੍ਰੋਗਰਾਮ ਕਰਕੇ ਪਿੱਛੇ ਦੀ ਲਿਖਣ ਚਾਹੀਦਾ ਬਸ ਇਹਦੇ ਵਿੱਚ ਹੁਣ ਜਿੱਦਾਂ ਤੈਨੂੰ ਤੁਸੀਂ ਦੱਸਦੇ ਤੁਹਾਡੀ ਫੈਮਿਲੀ ਨੇ ਤੁਹਾਡੀ ਸਪੋਰਟ ਬਹੁਤ ਕੀਤੀ ਹੈ ਤੁਹਾਨੂੰ ਕੋਈ ਇੱਦਾਂ ਦੇ ਬੰਦੇ ਵੀ ਮਿਲੇ ਜਾਂ ਕੋਈ ਓਬਵੀਅਸਲੀ ਨਾਂ ਨਹੀਂ ਲੈਣੇ ਪਰ ਇੱਦਾਂ ਦੇ ਬੰਦੇ ਵੀ ਸੀ ਜਿਨ੍ਹਾਂ ਨੇ ਡਿਸਕਰੇਜ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਿਹਾ ਹੋਊਗਾ ਲੱਤਾਂ ਜਾ ਕੇ ਸਿੱਧੀ ਗੱਲ ਤੂੰ ਤੂੰ ਕੀ ਕਰਨਾ ਯਾਰ ਗਾ ਕੇ ਤੂੰ ਘਰ ਲੈ ਦੋ ਰੈਂਟੋ ਰੈਂਟ ਤੇ ਚੜਾਉਣੇ ਸਮੈਦਿਕ ਵਿੱਚ 450 ਪਾਉਂਡ ਆਈ ਜਾਣਾ ਤੈਨੂੰ ਕਿਰਾਇਆ ਇੱਥੇ ਭਾਜੀ ਆਪਣੇ ਇੰਗਲੈਂਡ 'ਚ ਫਿਰ ਵੀ ਘੱਟ ਹੋਇਆ ਪਰ ਇੰਡੀਆ 'ਚ ਬਹੁਤ ਹੋਇਆ ਬਹੁਤ ਲੱਤਾਂ ਖਿੱਚ ਆਪਣੇ ਪਿੰਡ 'ਚ ਬਹੁਤ ਹੋਇਆ ਕਹਿੰਦਾ ਕੀ ਯਾਰ ਤੂੰ ਯਾਰ ਰਾਤ ਨੂੰ ਯਾਰ ਲੱਗਾ ਰਹਿੰਦਾ ਰਾਤ ਨੂੰ ਆਪਣੇ ਲਾਪ ਲਾਉਣਾ ਆਪਣੇ ਪੰਜਾਬੀ ਦਾ ਕੰਮ ਨੀ ਕਰਨਾ ਚਾਹੀਦਾ ਹੈ ਫਿਰ ਡੈਡੀ ਕਹਿੰਦੇ ਹੁੰਦੇ ਸੀਗੇ ਕਿ ਉਹਨਾਂ ਦੀ ਗੱਲ ਨੀ ਸੁਣੀ ਦੀ ਆਪਣਾ ਕੰਮ ਆਪਣੇ ਕੰਮ ਨਾਲ ਮਤਲਬ ਰੱਖ ਆਪਣਾ ਕੰਮ ਕਰ ਤੈਨੂੰ ਫਲ ਦਿਨ ਮਿਲੂਗਾ ਫਿਰ ਇਹੀ ਮੈਂ ਲੜ ਫੜਿਆ ਜੀ ਤੁਸੀਂ ਤੁਹਾਡੇ ਡੈਡੀ ਨੇ ਤੁਹਾਡੀ ਬਹੁਤ ਸਪੋਰਟ ਕੀਤੀ ਤੁਸੀਂ ਦੱਸਿਆ ਕਿ ਓਬਵੀਅਸਲੀ ਤੁਹਾਡੇ ਪਿੱਛੇ ਉਹਨਾਂ ਨੇ ਕਿਉਂਕਿ ਫਾਈਨੈਂਸ ਵਗੈਰਾ ਵੀ ਲਾਉਣਾ ਹੁੰਦਾ ਪੈਸੇ ਬਿਨਾਂ ਚੱਲਦੀ ਨਹੀਂ ਪੈਸੇ ਬਿਨਾਂ ਹੀ ਗੱਡੀ ਚੱਲਦੀ ਨਹੀਂ ਤੇ ਡੈਡੀ ਨੇ ਤੁਹਾਡੇ ਨੇ ਓਬਵੀਅਸਲੀ ਤੁਹਾਡੇ 'ਚ ਕੁਛ ਦੇਖਿਆ ਅਤੇ ਬਹੁਤ ਬੜੀ ਸਿਵ ਦੀ ਗੱਲ ਮੈਂ ਇਹਨਾਂ ਦੇ ਡੈਡੀ ਨਾਲ ਇੱਕ ਵਾਰੀ ਗੱਲ ਕਰਦਾ ਸੀਗਾ ਕਹਿੰਦਾ ਸੀ ਕਿ ਇੱਕ ਵਾਰੀ ਮੇਰੀ ਰੂਹ ਸੀਗਾ ਕਿ ਮੈਂ ਆਪਣੇ ਬੱਚੇ ਨੂੰ ਸਿੰਗਰ ਬਣਾਉਣਾ ਹੈ ਯਾਨੀ ਅੱਜ ਕੱਲ੍ਹ ਦੇ ਜ਼ਮਾਨੇ 'ਚ ਕੋਈ ਕਹਿੰਦਾ ਜੀ ਡਾਕਟਰ ਬਣੇ ਕੋਈ ਵਕੀਲ ਬਣੇ ਕਿ ਕੋਈ ਡੈਂਟਿਸਟ ਬਣੇ ਜਾਂ ਪਟੀਸ਼ਨ ਬਣੇ ਸਾਰੇ ਅਸੀਂ ਇਹੀ ਸੋਚ ਤੇ ਰੱਖਦੇ ਹਾਂ ਪਰ ਫਿਰ ਸਿੰਗਰ ਰੱਖਣਾ ਮੇਰੇ ਖਿਆਲ ਨਾਲ ਕਾਫ਼ੀ ਅੱਗੇ ਸੋਚੇ ਤੂੰ ਵੀ ਹੈਰਾਨ ਹੁੰਦਾ ਹੋਣਾ ਕਿ ਯਾਰ ਡੈਡੀ ਤੁਸੀਂ ਮੇਰੀ ਸਪੋਰਟ ਕਿਉਂ ਕਰਦੇ ਤੁਸੀਂ ਬਾਕੀ ਦੇ ਨਿਆਣੇ ਮੇਰੇ ਡੈਡੀ ਨੇ ਭਾਅ ਜੀ ਯਕੀਨ ਨਹੀਂ ਆਉਂਦਾ ਕਿ ਹਰ ਜਿਹੜੀ ਹਰ ਚੀਜ਼ ਡੈਡੀ ਨੇ ਲੈਕ ਕੀਤੀ ਉਹ ਮੈਨੂੰ ਸਿਖਾਈ ਡੈਡੀ ਨੇ ਡੈਡੀ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਸੀਗੀ ਸੀਗੇ ਪੰਜਾਬ ਦੇ ਬੋਨ ਪਰ ਇੱਧਰ ਆ ਕੇ ਉਹਦੀ ਪੰਜਾਬੀ ਨਹੀਂ ਸਿੱਖੀ ਡੈਡੀ ਵੀ ਕਹਿੰਦੇ ਸੀਗੇ ਮੈਂ ਪੰਜਾਬੀ ਨਹੀਂ ਸਿੱਖੀ ਤੂੰ ਪਹਿਲਾਂ ਪੰਜਾਬੀ ਸਿੱਖ ਬਾਕੀ ਹਿੰਦੀ ਸਿੱਖ ਵਾਜਾ ਸਿੱਖ ਕਲਾਸੀਕਲ ਸਿੱਖ ਪੰਜਾਬ ਕਲਾਸੀਕਲ ਦਾ ਗਿਆਨ ਲੈ ਉਸ ਤੋਂ ਬਾਅਦ ਬੰਬੇ ਜਾ ਕੇ ਕਿਉਂਕਿ ਡੈਡੀ ਦੇ ਇੱਛਾ ਸੀਗੀ ਕਿ ਮੈਂ ਪਲੇਬੈਕ ਸਿੰਗਰ ਬਣਾ ਡੈਡੀ ਦੀ ਵੀ ਇੱਛਾ ਸੀ ਕਿ ਉਹ ਪਲੇਬੈਕ ਸਿੰਗਰ ਬਣੇ ਪਰ ਉਹ ਕਰ ਨਹੀਂ ਪਾਏ ਕਰਕੇ ਵਾਪਸੀ ਪਰਿਵਾਰ ਅਸੀਂ ਸੀਗੇ ਬਾਕੀ ਪਰਿਵਾਰ ਜੋ ਹੋ ਜਾਂਦਾ ਫਿਰ ਥੋੜਾ ਮੁਸ਼ਕਿਲ ਹੋ ਜਾਂਦਾ ਪ੍ਰੋਵਾਈਡ ਕਰਨਾ ਪੈਂਦਾ ਫੈਮਿਲੀ ਲਈ ਉਹ ਭਰਾਵਾ ਕਹਿੰਦੇ ਸਿੱਧੇ ਕਹਿੰਦੇ ਤੂੰ ਕਿੱਥੇ ਗਾਉਣ ਲੱਗਿਆ ਤੂੰ ਫਾਉਂਡਰੀ 'ਚ ਲੱਗ ਤੈਨੂੰ 5 ਦਿਨ ਲਵਾਉਣੇ ਆ 250 ਪਾਉਂਡ ਕੁੱਟ ਜਾਂ ਭਾਜੀ ਫਿਰ ਤਾਂ ਹਿੰਦੀ ਵੀ ਗੱਲਾਂ ਦਾ ਹੋਣਾ ਕਿ ਨਹੀਂ ਮੇਰੇ ਖਿਆਲ ਨਾਲ ਹਿੰਦੀ ਬਹੁਤ ਵਧੀਆ ਗਾਉਣਾ ਇਹਦੀ ਬ੍ਰੇਕ ਤੋਂ ਬਾਅਦ ਹੁਣ ਇਹਦਾ ਹਿੰਦੀ ਸੁਣਨਾ ਹੁਣ ਅਸੀਂ ਇੱਕ ਅੱਧਾ ਗਾਣਾ ਤੇ ਇਹਦੇ ਹਿੰਦੀ ਵਰ ਪ੍ਰਭਾਵਿਤ ਵੀ ਸੁਣਾਂਗੇ ਕਿ ਕਿਹਨਾਂ ਕਿਹਨਾਂ ਨੇ ਇਹਨਾਂ ਦੇ ਹਿੰਦੀ ਗਾਣੇ ਸੁਣੇ ਜਿੱਦਾਂ ਮੈਂ ਅਮਿਤਾਭ ਬੱਚਨ ਦੇ ਫਿਲਮਾਂ ਦੇਖ ਕੇ ਮਾੜੀ ਮੋਟੀ ਮਾਰ ਲੈਂਦਾ ਇੱਥੋਂ ਵੀ ਦੇਖਾਂਗੇ ਕਿਹੜੀਆਂ ਕਿਹੜੀਆਂ ਦੇਖੀਆਂ ਹਨ ਫਿਲਹਾਲ ਅਸੀਂ ਬ੍ਰੇਕ ਵੱਲ ਜਾਂਦੇ ਹਾਂ ਤਾਂ ਆਉਂਦੇ ਹਾਂ ਬ੍ਰੇਕ ਤੋਂ ਬਾਅਦ ਮੈਂ ਤੁਹਾਡਾ ਹਰਜਾਬ ਤਾਂ ਹਰੇਕ ਮੰਡੇ 7 ਵਜੇ ਤੁਸੀਂ ਤਾਂ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI ਦੀਆਂ ਸਾਡੇ ਦੇਸ਼ ਦੀਆਂ ਅਤੇ ਜੋ ਅੱਜ ਕੱਲ੍ਹ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ